ਬਠਿੰਡਾ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਕਰਵਾਏ ਗਏ ਕਿਸਾਨ ਮੇਲੇ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਪੁਲਿਸ ਪ੍ਰਸ਼ਾਸਨ ਦੀ ਧੱਕੇਸ਼ਾਹੀ ਕਾਰਨ ਕਿਸਾਨਾਂ ਦੀਆਂ ਪਗੜੀਆਂ ਉਤਾਰੀਆਂ ਗਈਆਂ, ਜਿਸ ਤੋਂ ਬਾਅਦ ਕਿਸਾਨਾਂ ਨੇ ਇਸ ਮੇਲੇ ਦਾ ਵਿਰੋਧ ਕੀਤਾ ਅਤੇ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਜਾਣਕਾਰੀ ਮੁਤਾਬਕ ਕਿਸਾਨ ਜਦੋਂ ਆਪਣੀ ਪਰਾਲੀ ਸਾੜਨ ਦੀ ਮੰਗ ਨੂੰ ਲੈ ਕੇ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਕਾਂਗੜ ਬਿਜਲੀ ਮੰਤਰੀ ਨੂੰ ਮਿਲਣ ਜਾ ਰਹੇ ਸਨ ਤਾਂ ਪੁਲਿਸ ਨੇ ਉਹਨਾਂ ਨੂੰ ਰਸਤੇ ਵਿੱਚ ਰੋਕ ਲਿਆ। ਇਸ ਮੌਕੇ ਕਿਸਾਨਾਂ ਨੇ ਦੋਸ਼ ਲਗਾਇਆ ਕਿ ਸਰਕਾਰ ਕਿਸਾਨਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ ਅਤੇ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਦੀਆਂ ਪਗੜੀਆਂ ਉਤਾਰ ਦਿੱਤੀਆਂ ਨੇ ਉਹਨਾਂ ਖਿਲਾਫ਼ ਕਾਰਵਾਈ ਹੋਵੇ। ਵਿਭਾਗ ਨੇ ਮੇਲਾ ਲਾਇਆ ਸੀ ਜਿਸ ਕਰਕੇ ਕਿਸਾਨਾਂ ਨੂੰ ਸੱਦਾ ਦਿੱਤਾ, ਖਰਚਾ ਕੀਤਾ, ਬੱਸਾਂ ਲੈ ਕੇ ਗਏ, ਬੱਸਾਂ 'ਤੇ ਕਿਸਾਨਾਂ ਨੂੰ ਲੈ ਕੇ ਆਏ। ਅਸੀਂ ਬਕਾਇਦਾ ਇਹਨਾਂ ਨੂੰ ਨੋਟ ਕਰਾਇਆ ਕਿ ਸਾਨੂੰ ਜਿਹੜਾਂ ਕਿਸਾਨਾਂ ਦੀਆਂ ਮੁਸ਼ਕਲਾਂ ਉਹਨਾਂ ਸੰਬੰਧੀ ਟਾਈਮ ਦਿੱਤਾ ਜਾਵੇ। ਬਕਾਇਦਾ ਸੇਲ ਸੈਕਟਰੀ ਨੇ ਨੋਟ ਕਰਿਆ ਕਿ ਜ਼ਰੂਰ ਟਾਈਮ ਦੇਵਾਂਗੇ। ਸਾਡੇ ਡੀਐਸਪੀ ਮੌਕੇ 'ਤੇ ਹਾਜ਼ਰ ਹੈ। ਅਸੀਂ ਇਹਨਾਂ ਨੂੰ ਕਿਹਾ ਕਿ ਬੁਲਾਰੇ ਦੋ ਰਹਿ ਗਏ, ਜਾਂ ਤਾਂ ਡੀਐਸਪੀ ਤੋਂ ਆਪਣੇ ਡੀਸੀ ਤੋਂ ਪਹਿਲਾਂ ਬੁਲਾ ਦਿਓ, ਚਾਹੇ ਸਾਨੂੰ ਮੰਤਰੀ ਤੋਂ ਪਹਿਲਾਂ ਬੁਲਾ ਦਿਓ। ਕਹਿੰਦੇ ਜੀ ਜ਼ਰੂਰ ਕਰਕੇ ਆਉਂਦੇ ਹਾਂ ਘਰ, ਵੀਰੇ ਬੁਲਾਉਣ ਦੀ ਬਜਾਏ ਅਸੀਂ ਆਪਣਾ ਗੁਰੂਆਂ ਦਾ ਅੰਮ੍ਰਿਤ ਛਕਿਆ, ਜਿਹੜਾ ਸਾਡਾ ਸਾਰੀਆਂ ਬਾਤਾਂ ਦਾ ਗੁਰੂ ਸਾਹਿਬ ਦਾ ਸਾਂਝਾ, ਜਿਹਦਾ ਅਸੀਂ ਖੰਡੇ ਵੱਟ ਦਾ ਅੰਮ੍ਰਿਤ ਛਕਿਆ। ਉਹ ਆ ਖੜਿਆ ਸਾਡੇ ਦੁਸ਼ਮਣ ਜਿਨ੍ਹਾਂ ਨੇ ਵੀਰੋ, ਠੀਕ ਹੈ ਸਰਕਾਰ ਦੇ ਚਮਚੇ ਸਰਕਾਰ ਦੀ ਛੱਡੀ ਚੱਲਦੀ ਹੋਊਗੀ। ਆ ਇਹਨਾਂ ਨੇ ਮੇਰੀ ਪੱਗ ਰੋਲੀ, ਮੇਰੇ ਸਿਰ ਤੋਂ ਪੱਗ ਲਾਹੀ ਹੈ। ਆ ਵੀਰੋ ਮੈਂ ਗੁਰਸਿੱਖਾਂ ਮੇਰੇ ਗਾਤਰਾ ਪਾਇਆ ਹੋਇਆ ਜਿੰਦਾ। ਜਿਹੜੇ ਕਿਸਾਨ ਇੱਥੇ ਆਏ ਹੋ, ਕੀ ਇਹ ਗਾਤਰੇ ਦੀ ਕੀ ਸਾਡੀ ਪੱਗ ਦੀ ਮਹਾਨਤਾ ਹੈ ਨਹੀਂ? ਜੇ ਹੈ ਨਹੀਂ ਤਾਂ ਤੁਸੀਂ ਦੱਸ ਦਿਓ, ਨਹੀਂ ਜੇ ਹੈ ਸਾਡੇ ਹੱਥ ਖੜੇ ਕਰੋ। ਸਾਨੂੰ ਥਾਂ ਮਿਲਣਾ ਚਾਹੀਦਾ ਵੀਰੋ, ਨਹੀਂ ਗੱਲ ਸਾਡੇ ਡਾਇਰੈਕਟਰ ਸਾਹਿਬ ਬੋਲ ਰਿਹਾ ਕਿ ਪਰਾਲੀ ਨੂੰ ਅੱਗ ਨਹੀਂ ਲਾਉਣੀ। ਡਾਇਰੈਕਟਰ ਸਾਹਿਬ ਅਸੀਂ ਜਾਂਦੇ ਹਾਂ ਇੱਥੇ ਝੋਨਾ ਵੱਢਿਆ ਪਿਆ, ਇੱਕ ਕਿਆਰਾ ਕੱਟਾ ਕਿਆ ਪਰਾਲੀ ਦਾ, ਜਿਹੜੇ ਢੰਗ ਨਾਲ ਪਰਾਲੀ ਦਾ ਕਿਆਰਾ ਵਿਹਲਾ ਕਰ ਦੇਗਾ, ਆ ਸਾਰੇ ਕਿਸਾਨਾਂ ਦਾ ਜ਼ਿੰਮੇਵਾਰੀ ਮੈਂ ਲਊਂਗਾ। ਕੋਈ ਨਹੀਂ ਅੱਗ ਲਾਊਗਾ, ਕੋਈ ਨਹੀਂ ਅੱਗ ਲਾਊਗਾ। ਠੀਕ ਹੈ, ਸਹੀ।